ਅਗਲਾ ਹੀ ਠੀਕ ਹੈ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਬਲਬੀਰ ਸਟੋਰ, ਪੋਸਟ ਆਫਿਸ ਚੌਂਕ, ਮੋਡਲ ਟਾਊਨ, ਲੁਧਿਆਣਾ। ਲਓ ਜੀ, ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਨਵੀਆਂ ਡਰੈੱਸਾਂ, ਫਰੈਸ਼ ਵਰਾਇਟੀ, ਜਿਹੜੇ ਨਵੇਂ ਐਡ ਹੋਏ ਨਾ ਕੰਸੈਪਟ ਡਿਜ਼ਾਈਨਰ ਦੇ, ਸ਼ੋਰਟ ਅਨਾਰਕਲੀ ਨਾਲ ਲਹਿੰਗੇ, ਠੀਕ ਹੈ ਨਾ। ਫੈਬਰਿਕ ਆਏਗਾ ਪਿਓਰ ਗੈਬਰਡਿਨ ਸਿਲਕ, ਕਲਰ ਆਉਣਗੇ ਪ੍ਰੋਪਰ ਇੰਗਲਿਸ਼, ਜਿੱਦਾਂ ਕਿ ਡੰਮੀ 'ਤੇ ਲੱਗੇ ਨਾ, ਬਿਲਕੁਲ ਨਿਊ ਆਰਟੀਕਲ ਨੇ। ਦੋ ਕਲਰ ਆਏ ਨੇ, ਦੋਨੇ ਕਲਰ ਬਹੁਤ ਸੋਹਣੇ ਨੇ, ਪਿਓਰ ਗੈਬਰਡਿਨਸ ਫੈਬਰਿਕ ਹੈ ਅਤੇ ਹੈਂਡ ਵਰਕ ਆਏਗਾ ਉੱਪਰ, ਲੈਦਰ ਪਲੱਸ ਮਿਰਰ ਦਾ ਕੰਮ ਹੈ ਜੀ। ਨਾਲ ਇਹਦੇ ਮਤਲਬ ਕਿ ਫਰੋਕ ਬਣੀ ਹੈ ਮੀਡੀਅਮ ਲੈਂਥ ਦੀਆਂ, ਅਤੇ ਨਾਲ ਆਉਣਗੇ ਲਹਿੰਗੇ ਨੀਚੇ ਬੜੇ ਸੋਹਣੇ, ਔਰ ਦੁਪੱਟਾ ਵੀ ਤੁਹਾਨੂੰ ਹੈਵੀ ਮਿਲੇਗਾ। ਇੱਦਾਂ ਦੇ ਆਰਟੀਕਲ ਦਿਖਾਵਾਂਗੇ ਸਭ ਸਿੰਗਲ ਸਿੰਗਲ, ਠੀਕ ਹੈ ਨਾ। ਸ਼ੁਰੂ ਕਰਨ ਤੋਂ ਪਹਿਲੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਲਓ, ਇਹ ਸਾਡੇ ਵਟਸਐਪ ਨੰਬਰ ਨੋਟ ਕਰ ਲਓ, ਠੀਕ ਹੈ ਜੀ। ਸਾਰੇ ਵਟਸਐਪ ਨੰਬਰ ਨੇ, ਜਿਹੜਾ ਵੀ ਤੁਹਾਨੂੰ ਇਹਦੇ 'ਚ ਅੱਛਾ ਲੱਗਦਾ ਆਰਟੀਕਲ, ਉਹਦਾ ਸਕਰੀਨਸ਼ੋਟ ਲੈ ਕੇ ਨਾ ਆਹ ਨੰਬਰਾਂ 'ਤੇ ਚਾਹੇ ਤੁਸੀਂ ਸ਼ੇਅਰ ਕਰੋ, ਕੋਲ ਕਰੋ ਜਾਂ ਮੈਸੇਜ ਕਰੋ, ਤੁਹਾਡਾ ਆਰਟੀਕਲ ਬੁੱਕ ਹੋ ਜਾਏਗਾ। ਅਤੇ ਨਾਲ ਨਾਲ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰਨਾ ਅਤੇ ਲਾਈਕ ਵੀ ਕਰਨਾ ਅਤੇ ਸਕਰੀਨਸ਼ੋਟ ਵੀ ਲੈਣਾ, ਜਿਹੜਾ ਅੱਛਾ ਲੱਗੇਗਾ ਨਾ, ਕਿਉਂਕਿ ਲਿਮਿਟਡ ਪੀਸਿਸ ਨੇ। ਓਨਲੀ 10 ਪੀਸ ਦਿਖਾਵਾਂਗੇ ਤੁਹਾਨੂੰ, ਸਿਲੈਕਟਡ ਜੇ ਉਹ ਡਿਜ਼ਾਈਨਰ ਜੇ, ਠੀਕ ਹੈ ਨਾ। ਆਉਣਗੇ ਸਾਰੇ ਲਹਿੰਗੇ ਦੇ ਨਾਲ ਹੀ, ਕਿਉਂਕਿ ਨਵੀਂ ਵਰਾਇਟੀ ਐਡ ਹੋਈ ਹੈ, ਬਿਊਟੀਫੁਲ ਆਰਟੀਕਲ ਹੈ ਪ੍ਰਿੰਟਡ ਦੇ ਵਿੱਚ। ਆਹ ਦੇਖੋ, ਬਿਲਕੁਲ ਲਾਈਟ ਵੇਟ ਪਿਓਰ ਜੋਰਜਟ ਦਾ ਕੰਸੈਪਟ ਹੈ, ਸਟਾਈਲਿਸ਼ ਇਹਦਾ ਬਲਾਊਜ਼ ਬਣਿਆ ਪੂਰਾ ਹੈਂਡਵਰਕ ਦਾ, ਪ੍ਰਿੰਟਿੰਗ ਆਏਗੀ ਸੱਤਿਆਪੋਲ ਦੀ, ਉੱਪਰ ਜਿਹੜਾ ਕੰਮ ਹੈ ਨਾ ਸਾਰਾ ਹੈਂਡਵਰਕ ਮਿਲੇਗਾ, ਡਿਜ਼ਾਈਨਰ ਬਲਾਊਜ਼ ਦੇ ਸਲੀਵਸ ਐਡ ਹੋ ਜਾਣਗੇ, ਠੀਕ ਹੈ ਜੀ। ਨਾਲ ਲਹਿੰਗਾ ਜਿਹੜਾ ਹੈਗਾ ਉਹ ਵੀ ਡਿਜ਼ਾਈਨਰ ਮਿਲੇਗਾ ਫੁੱਲ ਫਲੇਅਰ ਦਾ, ਇੱਦਾਂ ਹੀ ਬਿਗ ਫਲਾਵਰ ਪ੍ਰਿੰਟਿੰਗ ਆਏਗੀ, ਹਲਕਾ ਹਲਕਾ ਹਾਈਲਾਈਟ ਵੀ ਕੀਤਾ ਸਟੋਨ ਔਰ ਸੀਕਵਨ ਦੇ ਨਾਲ ਨਾ, ਫੁੱਲ ਫਲੇਅਰ ਲਹਿੰਗਾ ਹੈ, ਬੜਾ ਅੱਛਾ ਆਰਟੀਕਲ ਹੈ, ਗਰਲਿਸ਼ ਲੁੱਕ ਹੈ ਪ੍ਰੋਪਰ। ਬੈਕ ਫਰੰਟ ਦੋਨੋਂ ਬਣੀ ਹੈ, ਬੈਕ ਇਸ ਤਰ੍ਹਾਂ ਜਿੱਪਰ ਦੇ ਵਿੱਚ ਆਏਗੀ ਔਰ ਫੁੱਲ ਫਲੇਅਰ ਲਹਿੰਗਾ ਆਏਗਾ ਜੀ। ਇਹਦਾ ਸੁਪਰ ਆਰਟੀਕਲ, ਬਿਲਕੁਲ ਲਾਈਟ ਵੇਟ ਹੈ ਜੀ, ਇਹ ਪ੍ਰੋਪਰ ਗਰਲਿਸ਼ ਵਾਲੇ ਕੰਸੈਪਟ ਨੇ ਡਿਜ਼ਾਈਨਰ ਦੇ। ਜਿਹੜੀ ਵੀ ਬਿਲਕੁਲ ਨਿਊ ਵਰਾਇਟੀ ਐਡ ਹੋਈ ਹੈ ਨਾ, ਉਹੀ ਤੁਹਾਨੂੰ ਲਾਈਵ ਦੇ ਵਿੱਚ ਸ਼ੋਅ ਕਰਾਂਗੇ। ਨਾਲ ਦੁਪੱਟਾ 2-ਟੋਨ ਦਾ ਆਏਗਾ, ਗ੍ਰੀਨ ਇੰਟੂ ਆਫ ਵਾਈਟ ਦੁਪੱਟਾ ਆਏਗਾ ਜੀ, ਆਈਵਰੀ ਗੋਲਡ ਕਲਰ ਵੀ ਕਹਿ ਸਕਦੇ ਹਾਂ ਕਿਉਂਕਿ ਆਫ ਵਾਈਟ ਹੈ ਥੋੜ੍ਹਾ ਨਾ। ਫੈਬਰਿਕ ਪਿਓਰ ਜੋਰਜਟ ਆਏਗਾ, ਇਹ ਕੰਸੈਪਟ ਜਿਹੜਾ ਹੈਗਾ ਲਹਿੰਗਾ ਚੋਲੀ ਦਾ ਆਏਗਾ, 2 ਪੀਸ ਲਹਿੰਗਾ ਚੋਲੀ। ਆਈਟਮ ਨੰਬਰ ਹੈਗੀ ਅੱਜ ਦੀ, 1 ਨੰਬਰ ਆਈਟਮ ਹੈ ਜੀ, ਅਤੇ ਰੇਟ ਆਏਗਾ ਇਹਦਾ 18,790, 18,790, ਆਈਟਮ ਨੰਬਰ 1 ਹੈ ਜੀ। ਨੈਕਸਟ ਆਰਟੀਕਲ ਵੀ ਪ੍ਰਿੰਟ ਦੇ ਵਿੱਚ ਹੈ ਪਰ ਪਿਓਰ ਟਿਸ਼ੂ, ਫਲੇਅਰ ਦੇਖਣਾ, ਨਾਲੇ ਸਟਾਈਲਿਸ਼ ਔਰ ਡਿਜ਼ਾਈਨਰ ਬਲਾਊਜ਼ ਹੈ, ਠੀਕ ਹੈ ਨਾ ਜੀ। ਬੈਕਲੈਸ ਵਾਲਾ ਕੰਸੈਪਟ ਆਏਗਾ, ਪ੍ਰਿੰਟਡ ਲਹਿੰਗਾ ਦਿਆਂਗੇ ਪਿਓਰ ਟਿਸ਼ੂ ਦਾ, ਟਿਸ਼ੂ ਦੀ ਇਹਦੀ ਚੋਲੀ ਹੈ, ਇਸ ਤਰ੍ਹਾਂ ਹਾਈ ਨੈਕ ਜ਼ੀਰੋ ਨੈਕ ਦੇ ਵਿੱਚ ਹੈਗੀ ਹੈ, ਪਰ ਪੂਰਾ ਬਲਾਊਜ਼ ਗਰਲਿਸ਼ ਬਣਿਆ ਜੀ, ਸਾਰਾ ਹੈਂਡ ਵਰਕ ਹੈ, ਡਸਟੀ ਵਾਈਨ ਕਲਰ ਦਾ ਬਲਾਊਜ਼ ਆਏਗਾ ਔਰ ਉੱਪਰ ਮਿਲੇਗਾ ਤੁਹਾਨੂੰ ਐਂਟੀਕ ਵਰਕ, ਸਾਰਾ ਮਿਕਸ ਹੋਏਗਾ, ਰੇਸ਼ਮ ਹੈ, ਐਂਟੀਕ ਹੈ, ਦਬਕਾ ਮਿਰਰ ਹੈ, ਸੀਕੁਐਂਸ ਹੈ, ਸਟੋਨ ਹੈ, ਟੋਟਲ ਮਿਕਸ ਵਰਕ ਹੈ, ਬੈਕਲੈਸ ਹੈ, ਗਰਲਿਸ਼ ਸਟਿਚਿੰਗ ਆਰਟ ਵਾਲਾ ਇਹ ਕੰਸੈਪਟ ਆਏਗਾ, ਅਤੇ ਨਾਲ ਪਿਓਰ ਟਿਸ਼ੂ ਦਾ, ਇਸ ਤਰ੍ਹਾਂ ਪ੍ਰਿੰਟਡ ਲਹਿੰਗਾ ਫੁੱਲ ਫਲੇਅਰ ਦਾ, ਡਬਲ ਕਹਿਣ ਆਏਗੀ, ਫਲੇਅਰ ਬਹੁਤ ਹੈ ਪਰ ਓਨਲੀ ਮਿਲੇਗੀ ਪ੍ਰਿੰਟਿੰਗ ਲਹਿੰਗੇ 'ਤੇ, ਹਲਕਾ ਜਿਹਾ ਮਤਲਬ ਕਿ ਬਾਰਡਰ ਬਣਿਆ ਵੇਸਟ ਦੇ ਉੱਪਰ, ਲਾਈਟ ਲਾਈਟ ਬਾਰਡਰ ਬਣਿਆ ਵੇਸਟ 'ਤੇ ਨਾ, ਆਹ ਦੇਖੋ ਵੇਸਟ 'ਤੇ ਬਾਰਡਰ ਬਣਿਆ ਲਹਿੰਗੇ ਦੀ। ਬੈਕ ਇਸ ਤਰ੍ਹਾਂ ਆਏਗੀ ਬੈਕਲੈਸ, ਸਿਰਫ ਨੋਟਸ ਆਏਗੀ ਬੈਕ 'ਤੇ ਕਿਉਂਕਿ ਇਹ ਗਰਲਿਸ਼ 'ਤੇ ਡਿਜ਼ਾਈਨਰ ਹੈਗਾ ਵਾ, ਅਤੇ ਮਤਲਬ ਕਿ ਸੈਲੀਬ੍ਰਿਟੀ ਸਟਾਈਲ ਜਿੱਦਾਂ ਹੁੰਦੇ ਨਾ ਕੰਸੈਪਟ, ਉਹ ਵਾਲੇ ਇਹ ਉਹ ਚੀਜ਼ਾਂ ਨੇ ਜੀ, ਲਾਈਟ ਵੇਟ ਹੋਵੇ, ਡਿਜ਼ਾਈਨਰ ਹੋਵੇ, ਇਹ ਉਹ ਵਾਲੇ ਕੰਸੈਪਟ ਹੈਗੇ ਨੇ ਸਾਰੇ। ਪਿਓਰ ਟਿਸ਼ੂ ਦਾ ਲਹਿੰਗਾ, ਨਾਲ ਪਿਓਰ ਔਰਗੈਂਜ਼ਾ ਦੁਪੱਟਾ ਆਏਗਾ, ਹਲਕੀ ਹਲਕੀ ਬੂਟੀ, ਅਤੇ ਨਾਲ ਦੁਪੱਟੇ 'ਤੇ ਆਏਗੀ ਪਾਈਪਿੰਗ। ਇਹ ਵੀ ਆਰਟੀਕਲ 2 ਪੀਸ ਦੇ ਵਿੱਚ ਹੈ, ਪ੍ਰੋਪਰ ਗਰਲਿਸ਼ ਹੈ ਜੀ, ਡਿਜ਼ਾਈਨਰ ਕਲਰ ਕੋਂਬੀਨੇਸ਼ਨ ਵੀ ਇੰਗਲਿਸ਼ ਹੈ, ਫੈਬਰਿਕ ਬੜਾ ਪਿਓਰ ਹੈ। ਲਓ ਜੀ, ਆਈਟਮ ਨੰਬਰ 2, ਅਤੇ ਰੇਟ ਆਏਗਾ ਇਹਦਾ 17,900, 17,900 ਓਨਲੀ, ਆਈਟਮ ਨੰਬਰ 2 ਹੈ ਜੀ। ਕਿਆ ਬਾਤ ਹੈ ਜੀ, ਗੋਲਡ, ਬੇਜ ਗੋਲਡ, ਸਟਾਈਲ, ਸਟਾਈਲਿਸ਼ ਪਲੱਸ ਡਿਜ਼ਾਈਨਰ,
ਬਲਾਊਜ਼ ਬਹੁਤ ਸੋਹਣਾ ਬਣਿਆ ਇਹਦਾ, ਦੇਖਣਾ ਨਾ, ਸਟੈਪ ਲੁੱਕ ਵਾਲਾ ਕਨਸੈਪਟ ਹੈ ਪਰ ਪੂਰਾ ਹੈਂਡ ਵਰਕ ਹੈ। ਸਕੈਲਪਿੰਗ ਦੇ ਵਿੱਚ ਇਹਦਾ ਨੈਕ ਬਣਿਆ, ਚਾਹੇ ਵੇਸਟ ਤੋਂ ਘੇਰਾ ਵੀ ਹੋਏਗਾ ਇਹਦਾ ਨਾ, ਚੋਲੀ ਦਾ ਵੇਸਟ ਬਹੁਤ ਸੋਹਣੀ ਬਣੀ ਹੋਈ ਹੈ, ਪੂਰਾ ਹੈਂਡ ਵਰਕ ਹੈ ਆਈਵਰੀ ਗੋਲਡ ਦੇ ਉੱਪਰ ਨਾ, ਬੜਾ ਸੋਹਣਾ ਕੰਮ ਕੀਤਾ, ਸਟੋਨ ਐਂਡ ਮਿਰਰ ਔਰ ਪਲ ਔਰ ਬੀਟਸ ਦਾ ਨਾ, ਨਾਲ ਲਹਿੰਗਾ ਬੜਾ ਸ਼ਾਨਦਾਰ। ਅਗਰ ਤੁਹਾਨੂੰ ਸਲੀਵਸ ਚਾਹੀਦੇ ਨੇ ਬਰੋਡ ਕਰਕੇ ਸਲੀਵਸ ਵੀ ਲਵਾ ਦਾਂਗੇ, ਪਰ ਬਲਾਊਜ਼ ਬਹੁਤ ਸੋਹਣਾ ਹੈ, ਨਾਲ ਆਏਗਾ ਪ੍ਰਿੰਟਡ ਲਹਿੰਗਾ। ਇਸ ਤਰ੍ਹਾਂ ਕਲੀਆਂ ਦੇ ਵਿੱਚ ਨਾ ਪ੍ਰਿੰਟਿੰਗ ਹੈਗੀ ਹੈ, ਬਲੈਕ ਇੰਟੂ ਵਾਈਟ ਗ੍ਰੇ ਇੱਦਾਂ ਦੇ ਕੋਂਬੀਨੇਸ਼ਨ ਆਉਣਗੇ, ਕਲਰਫੁੱਲ। ਨੀਚੇ ਬਾਰਡਰ ਬੜਾ ਸ਼ਾਨਦਾਰ ਹੈ, ਗੋਟਾ ਪੱਟੀ ਦਾ, ਸਰੀ ਪਿੱਟੇ ਦਾ ਬਾਰਡਰ ਵੀ ਬੜਾ ਅੱਛਾ ਬਣਿਆ, ਔਰ ਫੁੱਲ ਫਰੇਅਰ ਹੈ, ਡਬਲ ਕੈਨਕਨ ਹੈਗੀ ਹੈ। ਬੈਕ ਵੀ ਇੱਦਾਂ ਤੁਹਾਨੂੰ ਸਟਾਈਲਿਸ਼ ਔਰ ਡਿਜ਼ਾਈਨਰ ਮਿਲੇਗੀ ਜੀ, ਬੈਕ 'ਤੇ ਇਸ ਤਰ੍ਹਾਂ ਹੁੱਕ ਆਣਗੇ, ਪਰ ਪੂਰਾ ਕੱਟ ਵਰਕ ਦੇ ਵਿੱਚ ਵੀ ਬੈਕ 'ਤੇ ਵਰਕ ਆਏਗਾ। ਇਹ ਵੀ ਪ੍ਰੋਪਰ ਗਰਲਿਸ਼ ਵਾਲਾ ਕਨਸੈਪਟ ਹੈ, ਲਾਈਟ ਵੇਟ ਔਰ ਡਿਜ਼ਾਈਨਰ, ਜਦੋਂ ਮਰਜ਼ੀ ਕੱਢ ਕੇ ਪਾ ਲਓ, ਇਹ ਚੀਜ਼ਾਂ ਕਦੀ ਡੰਪ ਨਹੀਂ ਹੁੰਦੀ। ਨਾਲ ਦੁਪੱਟੇ ਬਹੁਤ ਸੋਹਣੇ ਬਣੇ ਹੋਏ ਨੇ, ਆਹ ਦੇਖੋ ਪ੍ਰਿੰਟਡ ਹੀ ਦੁਪੱਟਾ ਇਹਦਾ, ਇਸ ਤਰ੍ਹਾਂ ਰਫਲ ਆਏਗੀ ਪੱਲੇ ਪੱਲੇ 'ਤੇ, ਇਸ ਤਰ੍ਹਾਂ ਲਾਈਨਿੰਗ ਵਾਲੀ ਪ੍ਰਿੰਟਿੰਗ ਹੈਗੀ ਇਹਦੇ ਵਿੱਚ, ਆਹ ਲਾਈਨਿੰਗ ਵਾਲਾ ਦੁਪੱਟਾ ਆਏਗਾ ਜੀ। ਲਓ ਜੀ, ਡਿਜ਼ਾਈਨਰ ਪਲੱਸ ਸਟਿਚਿੰਗ ਆਰਟ ਵਾਲੇ ਕਨਸੈਪਟ, ਪਿਓਰ ਚਨੋਨ ਫੈਬਰਿਕ। ਆਈਟਮ ਨੰਬਰ ਹੈਗੀ ਹੈ 3, ਲਹਿੰਗਾ ਕੰਮ ਲਹਿੰਗਾ ਚੋਲੀ ਦਾ ਕਨਸੈਪਟ ਹੈ, ਅਤੇ ਰੇਟ ਇਹਦਾ ਆਏਗਾ 21,480। ਓਏ ਹੋਏ ਕਿਆ ਬਾਤ ਹੈ, ਲਾਈਟ ਪਿੰਕ ਸੁਪਰ ਪਿਓਰ ਟਿਸ਼ੂ ਦਾ। ਨੈਕਸਟ ਆਰਟੀਕਲ ਆ ਗਿਆ ਜੀ, ਕਲਰ ਕੋਂਬੀਨੇਸ਼ਨ ਦੇਖਣਾ ਕਿੰਨਾ ਪਿਆਰਾ ਹੈ, ਬਿਊਟੀਫੁਲ ਆਰਟੀਕਲ ਹੈ ਜੀ। ਆਹ ਲਓ, ਪਿਓਰ ਟਿਸ਼ੂ ਸਿਲਕ ਦੇ ਉੱਪਰ ਆ ਗਿਆ, ਸਾਰਾ ਬੀਟਸ ਦਾ ਕੰਮ ਹੈ, ਕੰਟਰਾਸਟ ਵਰਕ ਕੀਤਾ ਹੋਇਆ, ਲਵੈਂਡਰ ਮੋਵ ਕਲਰ ਦਾ ਵਰਕ ਹੈ ਸਾਰਾ। ਬੀਟਸ ਐਂਡ ਪਰਲ ਬਾਜ਼ੂ ਨਾਲ ਆਉਣਗੇ, ਜਿੰਨੇ ਕਹੋਗੇ ਬਾਜ਼ੂ ਲਵਾ ਦਾਂਗੇ, ਔਰ ਚੋਲੀ ਪੂਰੀ ਟੰਮੀ ਕਵਰ ਮਿਲੇਗੀ ਤੁਹਾਨੂੰ, ਹੈਵੀ ਚੋਲੀ ਹੈ ਪਰ ਪੂਰਾ ਹੈਂਡ ਵਰਕ ਦੇ ਵਿੱਚ, ਨਾਲ ਟਿਸ਼ੂ ਦਾ ਹੀ ਲਹਿੰਗਾ ਸੇਮ ਕਲਰ ਦਾ। ਆਹ ਦੇਖੋ ਕੰਮ, ਵਰਕ ਦੀ ਕੁਆਲਿਟੀ ਦੇਖੋ, ਨੇੜੇ ਕਰਕੇ ਤੁਹਾਨੂੰ ਸ਼ੋਅ ਕਰ ਰਹੇ ਹਾਂ, ਪਿਓਰ ਟਿਸ਼ੂ ਦੇ ਉੱਪਰ ਕਿੰਨਾ ਸੋਹਣਾ ਵਰਕ ਕੀਤਾ ਹੈ, ਫੁੱਲ ਫਲੇਅਰ ਕੱਟ ਵਰਕ ਦੇ ਵਿੱਚ ਵੀ ਮਿਲੇਗਾ ਤੁਹਾਨੂੰ, ਔਰ ਪੂਰਾ ਹੈਂਡ ਵਰਕ ਹੈ, ਰੇਸਮ ਜਰੀ ਪਿੱਟੇ ਦੇ ਵਿੱਚ ਸਿਲਿਆ ਹੋਇਆ, ਰੈਦਰ ਵਰਕ ਆਏਗਾ, ਮਤਲਬ ਕਿ ਨਵੇਂ ਤਰ੍ਹਾਂ ਦਾ ਕੰਮ ਹੈ ਜੀ। ਡਿਜ਼ਾਈਨਰ ਵਰਕ ਕਹਿੰਦੇ ਜਿਹਨੂੰ ਆਪਾਂ, ਬੈਕ ਥੋੜ੍ਹੀ ਡੀਪ ਆਏਗੀ ਪਰ ਕਵਰ ਕਰ ਸਕਦੇ ਬੈਕ ਵੀ, ਪਰ ਲਹਿੰਗਾ ਬਹੁਤ ਸੋਹਣਾ, ਕਲਰ ਬੜਾ ਪਿਆਰਾ ਹੈ ਜੀ, ਲਹਿੰਗੇ ਦਾ ਅਲਟੀਮੇਟ ਕਲਰ ਹੈ ਜੀ, ਨਿਊ ਕਲਰ ਹੈਗਾ ਬਿਲਕੁਲ। ਨਾਲੇ ਦੁਪੱਟਾ ਤੁਹਾਨੂੰ ਲਵੈਂਡਰ ਮੋਵ ਕਲਰ ਦਾ ਨਾ, ਨੈੱਟ ਦਾ ਦੁਪੱਟਾ ਆਏਗਾ, ਕੰਟਰਾਸਟ ਦੁਪੱਟਾ ਆਏਗਾ ਨਾਲੇ ਦੇ। ਆਹ ਦੋ ਦੁਪੱਟਾ ਵੀ ਲਗਾ ਕੇ ਦਿਖਾ ਰਿਹਾ ਲੜਕਾ, ਆਹ ਦੇਖੋ ਜੀ, ਇਹ ਦੁਪੱਟਾ ਪੂਰਾ ਚਾਰੇ ਪਾਸੇ ਬਾਰਡਰ ਬਣਿਆ ਦੁਪੱਟੇ 'ਚ, ਅਤੇ ਵਿੱਚ ਆਏਗੀ ਬੂਟੀ, ਨੈੱਟ ਦਾ ਦੁਪੱਟਾ ਲਵੈਂਡਰ ਮੋਵ ਕਲਰ ਦਾ, ਇੰਗਲਿਸ਼ ਕਲਰ ਕੋਂਬੀਨੇਸ਼ਨ ਹੈ ਜੀ, ਪਿਓਰ ਟਿਸ਼ੂ ਦੇ ਵਿੱਚ। ਲਓ ਜੀ, ਆਈਟਮ ਨੰਬਰ ਹੈਗੀ ਹੈ 4, ਅਤੇ ਰੇਟ ਆਏਗਾ ਜੀ ਇਹਦਾ 33,550। ਓਏ ਹੋਏ, ਮਾਊਸ ਗਰੇ ਜੀ ਸੁਪਰ, ਪਿਓਰ ਸੀਕਵੈਂਸ ਦਾ ਲਹਿੰਗਾ, ਪੂਰੀ ਹੈਂਡ ਵਰਕ ਚੋਲੀ, ਸਲੀਵਸ ਲੱਗੇ ਹੋਏ ਨੇ, ਨਾਲ ਪ੍ਰੋਪਰ ਹੈਵੀ ਲੁੱਕ ਹੈ, ਸਾਰਾ ਹੈਂਡ ਵਰਕ ਸੈਲਫ ਮੈਚਿੰਗ ਦੇ ਵਿੱਚ ਹੈ, ਮਾਊਸ ਗਰੇ ਦੇ ਉੱਪਰ ਪੂਰਾ, ਮਤਲਬ ਕਿ ਬਰਾਊਨ ਟੋਨ 'ਤੇ ਹੈਗਾ, ਪ੍ਰੋਪਰ ਵੀ ਗਰੇ ਨਹੀਂ ਹੈਗਾ, ਪਰ ਬਹੁਤ ਸੋਹਣਾ ਕਲਰ ਹੈਗਾ ਜੀ, ਇਹ ਵੀ ਇੰਗਲਿਸ਼ ਕਲਰ ਹੈ, ਪੂਰੀ ਚੋਲੀ ਹੈਵੀ ਮਿਲੇਗੀ ਜੀ, ਫਰੰਟ ਐਂਡ ਬੈਕ ਫੁੱਲ ਫਲੇਅਰ ਲਹਿੰਗਾ, ਸਾਰਾ ਸੀਕੋਨ ਦਾ ਜਾਲ ਆਏਗਾ ਉੱਪਰ। ਆਹ ਦੇਖੋ, ਇਹ ਨੈੱਟ ਦੇ ਉੱਪਰ ਹੈ, ਪਰ ਨੈੱਟ ਦੇ ਉੱਪਰ ਵੀ ਕੰਮ ਬਹੁਤ ਸੋਹਣਾ, ਗਲਿਟਰਿੰਗ ਵਾਲੀ ਨੈੱਟ ਹੈਗੀ ਹੈ, ਫਲੇਅਰ ਦੇਖੋ ਕਿੰਨਾ ਸ਼ਾਨਦਾਰ ਹੈ, ਔਸਮ ਕਲਰ ਹੈਗਾ ਜੀ ਇਹ। ਆਹ ਇਹਦੀ ਬੈਕ ਆ ਕਿ ਬੈਕ 'ਤੇ ਬੈਲਟ ਹੈ, ਪਰ ਕਵਰ ਕਰ ਸਕਦੇ ਇਹਨੂੰ ਵੀ, ਥੋੜ੍ਹੀ ਡੀਪ ਲੱਗਦੀ ਹੈ, ਪਰ ਦੇ ਜੇ ਆਪਾਂ ਹਾਈਲਾਈਟ ਕਰਕੇ ਕਵਰ ਵੀ ਕਰ ਸਕਦੇ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਪਰ ਲਹਿੰਗਾ ਬਹੁਤ ਸੋਹਣਾ ਜੀ। ਆਹ ਦੇਖੋ ਨਾ, ਪ੍ਰੋਪਰ ਪਾਰਟੀ ਵੇਅਰ ਵਾਲਾ ਕਨਸੈਪਟ ਹੈ, ਥੋੜ੍ਹਾ ਸ਼ਾਈਨਿੰਗ ਦੇ ਵਿੱਚ ਹੈ, ਪਰ ਗਲੈਮਰਸ ਲੁੱਕ ਵਾਲਾ ਕਨਸੈਪਟ ਹੈ, ਨਾਲ ਦੁਪੱਟਾ ਬੜਾ ਸ਼ਾਨਦਾਰ ਹੈ ਨੈੱਟ ਦਾ, ਇਸ ਤਰ੍ਹਾਂ ਬਾਰਡਰ ਲੱਗਿਆ ਦੁਪੱਟੇ 'ਚ, ਅਤੇ ਹਲਕੀ ਹਲਕੀ ਨਾ ਸੀਕੁਐਂਸ 'ਤੇ ਬੂਟੀ ਆਏਗੀ ਆਪਣਾ, ਸਟੋਨ ਐਂਡ ਸੀਕੁਐਂਸ ਦੀ, ਬਹੁਤ ਸੋਹਣਾ ਲੈਕਾ, ਲੁੱਕ ਹੈਵੀ ਹੈ ਪਰ ਵੇਟ ਬਿਲਕੁਲ ਵੀ ਨਹੀਂ ਹੈਗਾ, ਕਲਰ ਬਹੁਤ ਯੂਨੀਕ ਹੈ ਜੀ। ਆਹ ਲਓ, ਪ੍ਰੋਪਰ ਪਾਰਟੀ ਵੇਅਰ ਵਾਲੇ। ਆਹ ਲਓ, ਆਈਟਮ ਨੰਬਰ 5, ਅਤੇ ਰੇਟ ਆਏਗਾ ਜੀ 26,050 ਓਨਲੀ ਜੀ। ਆਹ ਲਓ, ਲਵੈਂਡਰ ਲਾਈਟ ਪਰਪਲ ਮੋ, ਨੈੱਟ ਦੇ ਉੱਪਰ ਹੈਵੀ ਲੁੱਕ ਲਹਿੰਗਾ, ਪੂਰਾ ਸਾਰਾ ਮਿਰਰ ਡੋਰੀ ਦੇ ਵਿੱਚ ਸਿਲਿਆ ਜੀ, ਇਹਦੇ ਨਾਲ ਵੀ ਸਲੀਵਸ ਆਉਂਦੇ ਨੇ, ਟੋਲੀ ਬਹੁਤ ਸੋਹਣੀ ਬਣੀ ਹੈ, ਪੂਰੀ ਹੈਵੀ ਵਰਕ ਦੀ।
ਇਹ ਸਾਰੇ ਜਿਹੜੇ ਕੰਸੈਪਟ ਨੇ ਨਾ ਬ੍ਰਾਈਡਲ ਵੇਅਰ 'ਚ ਵੀ ਚੱਲਦੇ ਨੇ ਅਤੇ ਪਾਰਟੀ ਵੇਅਰ ਵੀ ਚੱਲਦੇ ਨੇ, ਕਿਉਂਕਿ ਲੁੱਕ ਹੈਵੀ ਹੈ, ਲੁੱਕ ਐਂ ਲੱਗੇਗੀ ਕਿ 30-40 ਹਜ਼ਾਰ ਦੇ ਲਹਿੰਗੇ ਨੇ, ਪਰ ਵੇਟ ਔਰ ਰੇਟ ਬਿਲਕੁਲ ਵੀ ਨਹੀਂ ਹੈਗਾ, ਫੁੱਲ ਫਲੇਅਰ 'ਤੇ ਸੇਮ ਵਰਕ ਮਿਲੇਗਾ, ਲਹਿੰਗੇ ਦੀ ਫਰੰਟ ਬੈਕ ਆਲ ਓਵਰ ਆਏਗੀ ਜੀ। ਅਗਰ ਇਹਨੂੰ ਅਟੈਚ ਕਰਕੇ ਤੁਸੀਂ ਸਿੰਗਲ ਵੀ ਬਣਾਉਣਾ ਚਾਹੁੰਦੇ ਹੋ, ਸਿੰਗਲ ਵੀ ਬਣ ਜਾਂਦੇ, ਬੈਕ ਵੀ ਬੜੀ ਸ਼ਾਨਦਾਰ ਬਣੀ ਹੈ, ਪੂਰਾ ਜਾਲ ਬਣਿਆ ਬੈਕ 'ਤੇ, ਲਹਿੰਗੇ ਦੇ ਕਲੀਆਂ ਦੇ ਵਿੱਚ ਵੀ ਜਾਲ ਮਿਲੇਗਾ, ਕਲਰ ਬਹੁਤ ਯੂਨੀਕ ਹੈ, ਨੰਬਰ 1 ਇਸ ਟਾਈਮ ਕਲਰ ਜਾ ਰਿਹਾ ਜੀ, ਲਵੈਂਡਰ ਮੋਬ, ਠੀਕ ਹੈ ਨਾ। ਨਾਲ ਦੁਪੱਟਾ ਵੀ ਬਹੁਤ ਸੋਹਣਾ ਹੈ, ਸਾਰਾ ਜੂਲੀ ਵਰਕ ਕੀਤਾ ਇਹਦੇ ਉੱਪਰ, ਨਾਲ ਦੁਪੱਟੇ 'ਤੇ 4 ਸਾਈਡ ਇਸ ਤਰ੍ਹਾਂ ਬੋਰਡਰ ਆਏਗਾ, ਅਤੇ ਹਲਕੀ ਹਲਕੀ ਬੂਟੀ ਆਏਗੀ, ਨੈੱਟ ਦਾ ਦੁਪੱਟਾ ਦਿਆਂਗੇ ਨਾਲ ਤੁਹਾਨੂੰ ਸੇਮ ਕਲਰ ਦਾ। ਆਹ ਦੇਖੋ ਆਹ ਲੁੱਕ ਆਉਣੀ ਹੈ, ਜਦੋਂ ਵੇਅਰ ਕਰੋਗੇ ਹੋਰ ਔਸਮ ਲੱਗਣਾ, ਬਿਊਟੀਫੁੱਲ ਕਲਰ ਹੈ ਜੀ ਲਹਿੰਗਾ, ਮਾਓ ਕਲਰ ਦਾ। ਆਈਟਮ ਨੰਬਰ 6 ਹੈਗੀ ਹੈ ਜੀ ਲਹਿੰਗੇ ਦੀ, ਅਤੇ ਰੇਟ ਇਹਦਾ ਆਏਗਾ ਜੀ 15,230। ਰੋਇਲ ਵਿਊ, ਓਏ ਹੋਏ ਕਿਆ ਬਾਤ ਹੈ, ਸੁਪਰ ਹਿੱਟ ਡਿਜ਼ਾਈਨ ਹੈ ਸਾਡਾ, ਇਹ ਡੋਰੀ ਨੀਮ ਜ਼ਰੀ ਦੇ ਵਿੱਚ ਲਿਆ ਹੈ। ਆਹ ਦੇਖੋ ਨਾ ਵਰਕ ਦੀ ਕੁਆਲਿਟੀ ਦੇਖਣਾ, ਚੋਲੀ ਰੋ ਸਿਲਕ ਦੇ ਉੱਪਰ ਇਹ ਪੂਰਾ ਫਰਕ ਹੈਗਾ, ਹੈਵੀ, ਮਤਲਬ ਕਿ ਲੁੱਕ ਐਂ ਲੱਗੇਗੀ ਕਿ 70-80 ਹਜ਼ਾਰ ਦਾ, ਪਰ ਵੇਟ ਵੀ ਨਹੀਂ ਹੈ, ਰੇਟ ਵੀ ਨਹੀਂ ਹੈ, ਫਲੇਅਰ ਬਹੁਤ ਹੈ। ਆਹ ਦੇਖੋ ਨਾ ਜਿੰਨੇ ਵੀ ਕਲਰ ਆਉਂਦੇ ਨਾਲ ਹੀ ਸੇਲ ਹੋ ਜਾਂਦੇ ਨੇ, ਇਹਦੇ 'ਚ ਕਲਰ ਬਹੁਤ ਸੋਹਣਾ ਆਇਆ ਬਣ ਕੇ, ਐਤਕੀ ਰੋਇਲ ਬਲੂ ਨੇ ਵੀ, ਮਤਲਬ ਕਿ ਪੀਕਕ ਬਲੂ ਟਾਈਪ ਕਲਰ ਹੈਗਾ ਵਾ, ਪੂਰੀ ਚੋਲੀ ਡਿਜ਼ਾਈਨਰ ਹੈਗੀ ਹੈ, ਹੈਂਡ ਵਰਕ ਦੇ ਵਿੱਚ, ਬੈਕ ਫਰੰਟ ਦੋਨੋਂ ਬਣੀਆਂ ਨੇ, ਪੂਰੀ ਹੈਵੀ ਸਲੀਵਸ ਵੀ ਨਾਲ ਆਏ ਨੇ, ਜਿੰਨੇ ਕਹੋਗੇ ਸਲੀਵਸ ਲਾ ਦੇਗਾ, ਸਿੰਗਲ ਮੈਚਿੰਗ ਦੇ ਵਿੱਚ ਬਣਿਆ, ਲਾਈਟ ਗੋਲਡ ਵਰਕ ਆਏਗਾ ਇਹਦਾ। ਆਹ ਦੇਖੋ ਨਾ ਕਲੀਆਂ ਦੇ ਵਿੱਚ ਕਿੰਨੇ ਸ਼ਾਨਦਾਰ ਮੋਟਿਵਸ ਨੇ, ਫੁੱਲ ਫਲੇਅਰ ਹੈ, ਡਬਲ ਕੈਨਕੈਨ ਆਏਗੀ, ਬੈਕ ਫਰੰਟ ਦੋਨੋਂ ਬਣੀ ਹੈ, ਆਹ ਇੱਦਾਂ ਬੈਕ ਆ ਗਈ, ਆਹ ਦੇਖੋ ਨਾ ਡੀਪ ਹੈ, ਪਰ ਬੈਕ 'ਤੇ ਵੀ ਸੇਮ ਵਰਕ ਹੈ, ਹੈਂਗਿੰਗ ਬੜੇ ਸ਼ਾਨਦਾਰ ਆਉਣਗੇ ਨਾਲ, ਨਾਲੇ ਤਾਂ ਡੋਰੀ 'ਤੇ ਨਾ ਐਸੈਸਰੀ ਜਿਹੜੀ ਨਾਲ ਆਉਂਦੀ ਹੈ ਉਹ ਵੀ ਬਿਊਟੀਫੁੱਲ ਆਉਂਦੀ ਹੈ, ਨਾਲ ਦੁਪੱਟਾ ਬੜਾ ਪਿਆਰਾ ਸਜਾਇਆ, 4 ਸਾਈਡ ਬੋਰਡਰ ਆਏਗਾ ਦੁਪੱਟੇ 'ਚ, ਸੇਮ ਕਲਰ ਦਾ ਬੋਰਡਰ ਹੈ ਜੀ। ਆਹ ਲਓ ਫੁੱਲ ਪਿਕਚਰ ਦੇਖੋ, ਮੈਂ ਕਹਿੰਦਾ ਜੀ ਵੇਅਰ ਕਰੋਗੇ ਨਾ ਇਹ ਤਾਂ ਲਹਿੰਗਾ ਓਕੇ ਕਰਨ ਵਾਲਾ ਜੀ, ਸਟਾਈਲਿਸ਼ ਅਤੇ ਡਿਜ਼ਾਈਨਰ, ਫੈਬਰਿਕ ਰੋ ਸਿਲਕ ਹੈ, ਆਈਟਮ ਨੰਬਰ ਹੈਗੀ ਹੈ 7, ਅਤੇ ਰੇਟ ਆਏਗਾ 33,610। ਲਓ ਜੀ ਨੈਕਸਟ ਆਰਟੀਕਲ ਜਿਹੜਾ ਦਿਖਾ ਰਿਹਾ ਨਾ ਇਹ ਨਾ ਮਿਸ ਕਰਿਓ, ਇਹ ਡਿਜ਼ਾਈਨਰ ਦਾ ਲਹਿੰਗਾ ਅੱਜ ਹੀ ਆਇਆ ਜੀ, ਵੈਸੇ ਤਾਂ ਕੰਸੈਪਟ ਸਾਰੇ ਅੱਜ ਕੱਲ੍ਹ ਦੇ ਹੀ ਨੇ ਜਿੰਨੇ ਵੀ ਨੇ, ਪਰ ਲਹਿੰਗੇ ਦੀ ਕੁਆਲਿਟੀ ਦੇਖਣਾ, ਕੰਮ ਦੇਖਣਾ ਇਹਦਾ, ਬੇਜ ਗੋਲਡ ਕਲਰ ਹੈ ਜੀ, ਬਿਊਟੀਫੁੱਲ ਰੇਸ਼ਮ ਵਰਕ ਦੇ ਵਿੱਚ ਲਿਆ, ਹਲਕਾ ਹਲਕਾ ਹਾਈਲਾਈਟ ਕੀਤਾ ਇਹਨੂੰ ਹੈਂਡ ਵਰਕ ਦੇ ਨਾਲ, ਚੋਲੀ ਦਿਖਾਉਣਾ ਪਹਿਲੇ ਰੋ ਸਿਲਕ ਵਾਲੀ ਨਾ, ਸੁਪਰ ਸੱਭਿਆਚਾਰੀ ਸਟਾਈਲ ਦੀ ਚੋਲੀ ਆਏਗੀ, ਸਲੀਵਸ ਹੈਗੇ ਨੇ, ਜਿੰਨੇ ਕਹੋਗੇ ਲਵਾ ਦਾਂਗੇ, ਕੋਈ ਦਿੱਕਤ ਨਹੀਂ ਹੈ, ਪਰ ਬਹੁਤ ਸੋਹਣਾ ਕਲਰ ਕੋਂਬੀ, ਵਰਕ ਵੀ ਨਾ ਸਾਰਾ ਡਿਫਰੈਂਟ ਹੈ, ਬੁਟੀਕ ਸਟਾਈਲ ਵਰਕ ਹੈ, ਬੈਲਟ ਦੇਖੋ ਕਿੰਨੀ ਸ਼ਾਨਦਾਰ ਬਣੀ ਹੈ, ਮਤਲਬ ਕੰਟਰਾਸਟ ਜਿਹੜਾ ਬੇਜ ਗੋਲਡ ਦੇ ਨਾਲ ਆਏਗਾ ਨਾ, ਲਾਈਟ ਗ੍ਰੀਨ, ਮੈਰੂਨ, ਇੱਦਾਂ ਦੇ ਕੋਂਬੀਨੇਸ਼ਨ ਸਾਰੇ ਯੂਜ਼ ਕੀਤੇ ਨੇ, ਔਰ ਲਹਿੰਗਾ ਦੇਖੋ ਇੱਦਾਂ ਆਏਗਾ ਲਹਿੰਗੇ 'ਤੇ ਵਰਕ, ਸਟਾਈਲਿਸ਼ ਅਤੇ ਡਿਜ਼ਾਈਨਰ, ਅਗਰ ਕੁਛ ਡਿਫਰੈਂਟ ਵੇਅਰ ਕਰਨਾ ਹੈ ਨਹੀਂ, ਇਹ ਡਿਫਰੈਂਟ ਹੈਗਾ ਜੀ, ਹੈਂਗਿੰਗ ਅਸੈਸਰੀ ਪੂਰੀ ਫਿਰ ਫੁੱਲ ਫਲੇਅਰ, ਇਹਨੂੰ ਘੁਮਾ ਕੇ ਵੀ ਦਿਖਾਈ ਬੇਟੇ, ਇੱਕ ਵਾਰੀ ਬੈਕ ਦਿਖਾ ਕੇ ਨਾ, ਪਹਿਲੇ ਬੈਕ ਦਿਖਾ ਦੇ, ਆ ਦੇਖੋ ਬੈਕ ਕਿੰਨੀ ਸ਼ਾਨਦਾਰ ਹੈ, ਪ੍ਰੋਪਰ ਗਰਲਿਸ਼ ਹੈ, ਸਮਾਰਟ ਫਿਟਿੰਗ ਦਾ ਲਹਿੰਗਾ ਹੈ, ਔਰ ਫਲੇਅਰ ਬਹੁਤ ਹੈ ਰੋ ਸਿਲਕ ਦੇ ਉੱਪਰ ਨਾ, ਬੇਜ ਗੋਲਡ ਕਲਰ, ਸਮਥਿੰਗ ਚੇਂਜ, ਆ ਲਓ ਜੀ ਕਿਆ ਬਾਤ ਹੈ, ਮੈਂ ਕਹਿੰਦਾ ਜੀ ਮੈਟ ਫਿਨਿਸ਼ ਲੁੱਕ ਦਾ ਕੰਸੈਪਟ ਹੈ, ਅਲਟੀਮੇਟ ਕੋਂਬੀਨੇਸ਼ਨ ਨੇ ਜੀ, ਆ ਲਓ ਨਾਲ ਦੁਪੱਟਾ ਦੇਖਣਾ, ਪਿਓਰ ਔਰਗੈਂਜ਼ਾ ਦਾ ਦੁਪੱਟਾ ਆਏਗਾ, 4 ਸਾਈਡ ਬੋਰਡਰ ਵਿਦ ਨਾ ਫੋਇਲ ਜ਼ਰੀ ਦੀ ਪ੍ਰਿੰਟਿੰਗ ਆਏਗੀ, ਦੇਖੋ ਦੁਪੱਟੇ 'ਚ ਬਿਲਕੁਲ ਯੂਨੀਕ ਹੈ ਜੀ, ਕਲਰ ਵੀ ਇੰਨਾ ਪਿਆਰਾ ਨਾ, ਇੰਗਲਿਸ਼ ਕਲਰ ਹੈ, ਬੇਜ ਗੋਲਡ ਨਾਲ ਵਰਕ ਬੜਾ ਸ਼ਾਨਦਾਰ ਕੀਤਾ ਹੋਇਆ, ਆ ਲਓ ਆਹ ਲੁੱਕ ਆਉਣੀ ਹੈ, ਇਹ ਲਹਿੰਗਾ ਨਾ ਮਿਸ ਕਰਿਓ ਜੀ, ਆਈਟਮ ਨੰਬਰ 8 ਹੈਗੀ ਹੈ ਜੀ, ਅਤੇ ਰੇਟ ਇਹਦਾ ਸਿਰਫ ਆਏਗਾ 26,350 ਜੀ, ਆ ਲਓ ਕਿਆ ਬਾਤ ਹੈ, 50+ ਲੁੱਕ ਜੀ ਇਹ ਲਹਿੰਗੇ ਦੀ, ਨਾਲੇ ਫੈਬਰਿਕ ਬੜਾ ਪਿਆਰਾ, ਪਿਓਰ ਫੈਬਰਿਕ ਹੈ ਰੋਸਲ, ਲਾਸਟ ਆਈਟਮ ਡੰਮੀ ਦੇ ਨੇ, ਕਿਹੜਾ 9 ਨੰਬਰ ਹੈ, ਕਿਹੜਾ 10 ਹੈ ਬੇਟੇ, ਦੋਨੇ ਹੀ 9 ਨੰਬਰ ਨੇ, 9-10। ਆਹ ਜੀ ਸੇਮ ਡਿਜ਼ਾਈਨ ਹੈ ਪਰ ਕਲਰ 2 ਨੇ, ਆਈਟਮ ਨੰਬਰ 9 ਪਿਓਰ ਗੈਬਾਡਨ ਸਿਲਕ ਦੀ ਅਨਾਰਕਲੀ ਲਹਿੰਗੇ ਦੇ ਨਾਲ,
ਲਓ ਜੀ ਵਰਕ ਦੀ ਕੁਆਲਿਟੀ ਦੇਖੋ, ਫੁੱਲ ਸਲੀਵਜ਼ ਨੇ, ਜ਼ਰੀ ਪਿੱਟੇ ਲੈਦਰ ਔਰ ਮਿਰਰ ਦੇ ਵਿੱਚ ਸਿਲਿਆ ਜੀ, ਫੁੱਲ ਬਾਜ਼ੂ 'ਤੇ ਵਰਕ ਹੈ, ਬੜਾ ਸ਼ਾਨਦਾਰ ਨੈੱਕ ਬਣਿਆ, ਠੀਕ ਹੈ ਜੀ। ਬਾਜ਼ੂ ਦੀ ਕੁਆਲਿਟੀ ਦੇਖੋ ਜੀ, ਫੈਬਰਿਕ ਦੀ ਕੁਆਲਿਟੀ ਦੇਖੋ, ਵਰਕ ਦੀ ਕੁਆਲਿਟੀ ਦੇਖੋ, ਕਿਆ ਬਾਤ ਹੈ ਜੀ, ਨੈੱਕ ਇੰਨਾ ਸ਼ਾਨਦਾਰ ਹੈ। ਫੁੱਲ ਕਲੀਆਂ ਦੇ ਵਿੱਚ ਪੂਰੀ ਹੈਵੀ ਲੁੱਕ ਵਾਲੀ ਨਾਰ ਕਲੀ ਹੈ, ਜਿੱਥੇ ਮਰਜ਼ੀ ਵੇਅਰ ਕਰ ਲਓ ਜੀ, ਇਹ ਚਾਹੇ ਰਿਸੈਪਸ਼ਨ ਹੈ, ਰਿੰਗ ਸੈਰਾਮਨੀ ਹੈ, ਰੋਕਾ ਹੈ, ਜਿੱਥੇ ਮਰਜ਼ੀ ਹੈ ਪਾਓ, ਵੇਅਰ ਹੋਏਗੀ ਜੀ। ਆਰਟੀਕਲ ਨਾ ਬਹੁਤ ਸੋਹਣਾ ਹੈ, ਲਹਿੰਗਾ ਬਣਿਆ, ਅਗਰ ਤੁਸੀਂ ਇਹਦਾ ਸ਼ਰਾਰਾ ਕਰਨਾ ਸ਼ਰਾਰਾ ਵੀ ਬਣਾ ਸਕਦੇ ਹੋ, ਪਰ ਬਹੁਤ ਸੋਹਣਾ ਕੰਮ ਹੈ। ਸੇਮ ਹੀ ਗੈਬੜੇ ਸਿਲਕ ਦਾ ਹੀ, ਪਿਓਰ ਮਤਲਬ ਕਿ ਸਕਾਈ ਬਲੂ ਕਲਰ ਦਾ, ਅਤੇ ਇਹ ਲਹਿੰਗਾ ਹੈਗਾ ਵਾ, ਕਲਰ ਬੜਾ ਸ਼ਾਨਦਾਰ ਹੈ, ਪੂਰਾ ਵਰਕ ਸੇਮ ਇਹਦੇ ਉੱਪਰ ਵੀ ਮਿਲੇਗਾ ਤੁਹਾਨੂੰ। ਬੈਕ ਫਰੰਟ ਦੋਨੋਂ ਹੈ, ਬੈਕ ਵੀ ਦਿਖਾਉਣਾ, ਬੜੀ ਸ਼ਾਨਦਾਰ ਬਣੀ ਹੈ ਬੈਕ, ਆ ਦੇਖੋ ਪੂਰੀ ਬੈਕ ਇਸ ਤਰ੍ਹਾਂ ਡੀਪ ਆ ਕੇ ਮਟਕਾ ਨੈੱਕ ਦੇ ਵਿੱਚ, ਔਰ ਪੂਰੇ ਬੈਕ 'ਤੇ ਵੀ ਵਰਕ ਹੈ ਜੀ, ਨਾਲ ਦੁਪੱਟਾ ਵੀ ਹੈਵੀ ਮਿਲੇਗਾ ਤੁਹਾਨੂੰ, ਇਹਦਾ ਦੁਪੱਟਾ ਵੀ ਲਗਾ ਰਹਾ ਜੀ ਨਾਲ। ਬਿਊਟੀਫੁਲ ਨਾਰਕਲੀ ਹੈ ਜੀ, ਲਹਿੰਗੇ ਦੇ ਨਾਲ ਆਈ ਹੈ, ਫਸਟ ਟਾਈਮ ਇਹ ਲਾਂਚ ਹੋਏ ਨੇ ਦੋ ਕਨਸੈਪਟ ਇਹਦੇ ਵੀ। ਆ ਲਓ ਦੁਪੱਟਾ ਦੇਖਣਾ, ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ, ਚਾਰੇ ਪਾਸੇ ਸੇਮ ਬੋਰਡਰ ਵਿਦ ਆਲ ਓਵਰ ਬੂਟੀ ਆਏਗੀ, ਦੁਪੱਟਾ ਵੀ ਹੈਵੀ ਹੈ। ਆਏ ਗੋਟਾ ਪੱਟੀ, ਕੱਚਾ ਗੋਟਾ, ਮਿਰਰ, ਜ਼ਰੀ ਪਿੱਟਾ, ਲੈਦਰ, ਓਏ ਹੋਏ ਕਿਆ ਬਾਤ ਹੈ ਜੀ। ਆ ਲਓ ਆਹ ਦੇਖੋ ਫੁੱਲ ਪਿਕਚਰ, ਮਤਲਬ ਕਿ ਮੀਡੀਅਮ ਲੈਂਥ ਨਾਰਕਲ ਹੀ, ਫੁੱਲ ਫਲੇਅਰ ਲਹਿੰਗਾ ਨਾਲ ਹੈਵੀ ਦੁਪੱਟਾ, ਫੈਬਰਿਕ ਜਿਹੜਾ ਹੈਗਾ ਗੈਬਰਡਨ ਸਿਲਕ ਹੈ, ਕਲਰ ਆਏਗਾ ਸਕਾਈ ਬਲੂ, ਆਈਟਮ ਨੰਬਰ ਜਿਹੜੀ ਹੈਗੀ ਹੈ 9, ਅਤੇ ਰੇਟ ਇਹਦਾ ਹੈਗਾ ਜੀ 33,820। ਨਾਲ ਨਾਲ ਸਕਰੀਨਸ਼ੋਟ ਲੈ ਲੈਣਾ ਜੀ, ਜਿਹੜਾ ਜਿਹੜਾ ਅੱਛਾ ਲੱਗੇਗਾ, ਫਾਈਨਲ ਹੋਏਗਾ ਨਾ ਆਰਟੀਕਲ, ਉਹਦਾ ਸਕਰੀਨਸ਼ੋਟ ਸ਼ੇਅਰ ਕਰਨਾ ਤੁਸੀਂ, ਠੀਕ ਹੈ ਜੀ। ਲਓ ਜੀ ਆਈਟਮ ਨੰਬਰ 10, ਇਹਦਾ ਹੀ ਸੈਕਿੰਡ ਕਲਰ ਹੈ, ਪਿਓਰ ਗੈਬਰਡਨ ਸਿਲਕ 'ਤੇ ਸੇਮ ਡਿਜ਼ਾਈਨ ਆਏਗਾ, ਸੇਮ ਵਰਕ ਹੈ, ਫੁੱਲ ਬਾਜ਼ੂ, ਨੈੱਕ ਬੜਾ ਸ਼ਾਨਦਾਰ ਹੈ, ਪੋਟਲੀ ਬਟਨ ਆਣਗੇ, ਵੀ ਨੈੱਕ ਬਣਿਆ, ਨਾਲ ਦੁਪੱਟਾ ਇੱਦਾਂ ਹੀ ਸੇਮ ਆਏਗਾ, ਪੂਰਾ ਚਾਰੇ ਪਾਸੇ ਬੋਰਡਰ ਵਿਦ ਬੂਟੀ ਆਏਗੀ, ਫੁੱਲ ਕਲੀਆਂ ਦੇ ਵਿੱਚ ਵਰਕ ਹੈ, ਸੇਮ ਹੀ ਇਹਦਾ ਲਹਿੰਗਾ ਆਏਗਾ। ਦੋਨੇ ਆਰਟੀਕਲ ਅੱਜ ਆਏ ਨੇ, ਦੋਨੇ ਕਲਰ ਬਹੁਤ ਸੋਹਣੇ ਨੇ, ਫਿਰੋਜ਼ੀ ਲੈਣਾ ਫਿਰੋਜ਼ੀ ਵੀ ਲੈ ਸਕਦੇ ਹੋ, ਪਰ ਇਹ ਵੀ ਕਲਰ ਡਿਫਰੈਂਟ ਹੈਗਾ, ਜੇ ਕੁਛ ਅਲੱਗ ਵੇਅਰ ਕਰਨਾ ਚਾਹੁੰਦੇ ਹੋ, ਟੋਟਲ ਚੇਂਜ ਹੈ ਨਾਰਕਲੀ ਦੇ ਵਿੱਚ। ਇਹ ਬ੍ਰਾਈਡਲ 'ਚ ਵੀ ਯੂਜ਼ ਹੋ ਸਕਦੀਆਂ ਨੇ, ਚਾਹੇ ਆਪਣਾ ਮਤਲਬ ਕਿ ਰਿਸੈਪਸ਼ਨ, ਰਿੰਗ ਸੈਰਾਮਨੀ ਆ, ਜਾਗੋ ਹੈ, ਉਹਦੇ ਲਈ ਵੀ ਆਪਾਂ ਵੇਅਰ ਕਰ ਸਕਦੇ ਹਾਂ। ਆਰਟੀਕਲ ਇੰਨਾ ਬਹੁਤ ਸੋਹਣਾ ਹੈਗਾ, ਆ ਲਓ ਕਲਰ ਆਏਗਾ ਫਿਰੋਜ਼ੀ, ਆਈਟਮ ਨੰਬਰ ਹੈਗੀ ਹੈ 10, ਅਤੇ ਹੈਗਾ ਕੰਸੈਪਟ ਮੀਡੀਅਮ ਲੈਂਥ ਨਾਰਕਲੀ ਦਾ, ਲਹਿੰਗਾ ਫੈਬਰਿਕ ਜਿਹੜਾ ਹੈਗਾ ਪਿਓਰ ਗੈਬਰਡਨ ਸਿਲਕ ਹੈ, ਕਲਰ ਫਿਰੋਜ਼ੀ ਹੈ, ਆਈਟਮ ਨੰਬਰ 10, ਅਤੇ ਰੇਟ ਸੇਮ ਹੈ ਜੀ ਇਹਦਾ 33,820। ਲਓ ਜੀ ਅੱਜ ਦੇ ਲਈ ਇੰਨਾ ਹੀ, ਸ਼ੋਰਟ ਵੀਡੀਓ ਸੀਗੀ, ਲਿਮਿਟਡ ਸਟੋਕ ਹੈ, ਅਤੇ ਸੇ ਮਤਲਬ ਕਿ ਤਕਰੀਬਨ ਸਿੰਗਲ ਸਿੰਗਲ ਨੇ, ਇਹਦੇ ਵਿੱਚ ਹੀ ਦੋ ਕਲਰ ਆਏ ਨੇ, ਅਤੇ ਜਿਹੜਾ ਜਿਹੜਾ ਤੁਸੀਂ ਸਕਰੀਨਸ਼ੋਟ ਲੈ ਲੈਣਾ, ਆਹ ਨੰਬਰ ਨੋਟ ਕਰ ਲਓ, ਆਹ ਸਾਡੇ ਸਾਰੇ ਵਟਸਐਪ ਨੰਬਰ ਨੇ, ਅਤੇ ਫੇਸਬੁੱਕ 'ਤੇ ਪਾਏ ਨੇ, ਜਿਹੜਾ ਵੀ ਤੁਹਾਨੂੰ ਅੱਛਾ ਲੱਗਿਆ ਉਹਦਾ ਸਕਰੀਨਸ਼ੋਟ ਲੈ ਕੇ ਆਹ ਨੰਬਰ 'ਤੇ ਸ਼ੇਅਰ ਕਰੋ, ਕੋਲ ਕਰੋ ਜਾਂ ਮੈਸੇਜ ਕਰੋ, ਤੁਹਾਡਾ ਆਰਟੀਕਲ ਬੁੱਕ ਹੋਏਗਾ ਜੀ, ਠੀਕ ਹੈ ਜੀ। ਲਓ ਜੀ ਅੱਜ ਦੇ ਲਈ ਇੰਨਾ ਹੀ, ਕੱਲ੍ਹ ਫਿਰ ਲਾਈਵ ਆਵਾਂਗੇ ਨਵੇਂ ਡਿਜ਼ਾਈਨ 'ਤੇ, ਨਵੇਂ ਆਰਟੀਕਲ ਲੈ ਕੇ, ਤਦ ਤੱਕ ਦੇ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਓਕੇ ਬਾਏ, ਟੇਕ ਕੇਅਰ ਜੀ।